ਦੱਸਦੇ ਕਿ ਦਿਨ ਦਿਹਾੜੇ ਇੱਕ ਜਵੈਲਰ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਹੋਈ ਹੈ ਜਿੱਥੇ ਗਾਹਕ ਬਣ ਕੇ ਦੁਕਾਨ ਦੇ ਵਿੱਚ ਦੋ ਲੁਟੇਰੇ ਵੜਦੇ ਨੇ ਤੇ ਮੁੰਦਰੀ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਜਦ ਇਸ ਦਾ ਵਿਰੋਧ ਜਵੈਲਰ ਵੱਲੋਂ ਕੀਤਾ ਜਾਂਦਾ ਹੈ ਤਾਂ ਇਹਨਾਂ ਵੱਲੋਂ ਉਸ ਤੇ ਹਮਲਾ ਕਰ ਦਿੱਤਾ ਜਾਂਦਾ ਹੈ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਤਾਂ ਦੱਸਦੇ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਦਿਨ ਦਿਹਾੜੇ ਤਿੰਨ ਲੁਟੇਰਿਆਂ ਵੱਲੋਂ ਗਹਿਣਿਆਂ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਦੋ ਬਦਮਾਸ਼ ਦੁਕਾਨ ਦੇ ਅੰਦਰ ਹੁੰਦੇ ਨੇ ਜਦਕਿ ਇੱਕ ਦੁਕਾਨ ਦੇ ਬਾਹਰ ਖੜਾ ਹੁੰਦਾ ਹੈ। ਵਾਰਦਾਤ ਬਾਅਦ ਮੁਲਜ਼ਮ ਮੋਟਰਸਾਈਕਲ ਤੇ ਫਰਾਰ ਹੋ ਜਾਂਦੇ ਨੇ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੰਦੀ ਹੈ ਤੇ ਇਸ ਸੰਬੰਧੀ CCTV ਵੀਡੀਓ ਵੀ ਸਾਹਮਣੇ ਆਈ ਹੈ। ਤੇ ਇਸ ਸੰਬੰਧੀ ਸੁਨਿਆਰ ਨੇ ਦੱਸਿਆ ਕਿ ਦੋ ਮੁਲਜ਼ਮ ਗਾਹਕ ਬਣ ਕੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ। ਇਸ ਦੌਰਾਨ ਜਦੋਂ ਇਹਨਾਂ ਨੇ ਮੁੰਦਰੀ ਖੋਣੀ ਚਾਹੀ ਤਾਂ ਉਸ ਵੱਲੋਂ ਵਿਰੋਧ ਕੀਤਾ ਗਿਆ ਅਤੇ ਇਹਨਾਂ ਕੋਲ ਇੱਕ ਦੇਸੀ ਪਿਸਤੌਲ ਸੀ। ਹਾਲਾਂਕਿ ਉਹਨਾਂ ਨਾਲ ਝਗੜੇ ਦੇ ਕਾਰਨ ਪਿਸਤੌਲ ਦੀ ਗੋਲੀ ਜ਼ਮੀਨ ਤੇ ਡਿੱਗ ਜਾਂਦੀ ਹੈ, ਜਿਸ ਤੋਂ ਬਾਅਦ ਇਹਨਾਂ ਵੱਲੋਂ ਦੁਕਾਨਦਾਰ ਦੇ ਸਿਰ ਤੇ ਕਿਸੇ ਚੀਜ਼ ਨਾਲ ਮਾਰਿਆ ਜਾਂਦਾ ਜਿਸ ਕਾਰਨ ਉਸ ਦਾ ਦੰਦ ਵੀ ਟੁੱਟ ਜਾਂਦਾ, ਜਿਸ ਤੋਂ ਬਾਅਦ ਇਹ ਲੁਟੇਰੇ ਬਾਹਰ ਖੜੇ ਮੋਟਰਸਾਈਕਲ ਤੇ ਬਹਿ ਕੇ ਫਰਾਰ ਹੋ ਜਾਂਦੇ ਆ, ਜਿੱਥੇ ਇੱਕ ਤੀਸਰਾ ਲੁਟੇਰਾ ਬਾਈਕ ਸਟਾਰਟ ਕਰਕੇ ਪਹਿਲਾਂ ਹੀ ਇਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਹੁਣ ਦੁਕਾਨਦਾਰ ਇਹਨਾਂ ਲੁਟੇਰਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਛੋਟੀਆਂ ਮੋਟੀਆਂ ਘਟਨਾਵਾਂ ਤਾਂ ਪਹਿਲਾਂ ਵੀ ਹੁੰਦੀਆਂ ਰਹਿੰਦੀਆਂ ਸੀ, ਪਰ ਅਜਿਹੀਆਂ ਵੱਡੀਆਂ ਘਟਨਾਵਾਂ ਉਹਨਾਂ ਦੇ ਇਲਾਕੇ ਦੇ ਵਿੱਚ ਪਹਿਲੀ ਵਾਰ ਹੋਈਆਂ ਨੇ। ਮਾਮਲਾ ਦੋ ਬੰਦੇ ਅੰਦਰ ਆਏ ਸੀਗੇ, ਉਹਨਾਂ ਨੇ ਮੁੰਦੀ ਮੰਗੀ ਦੇਖਣ ਵਾਸਤੇ, ਦੇਖਣ ਤੋਂ ਬਾਅਦ ਫਿਰ ਦੇਖਦੇ ਰਹੇ ਕਰਦੇ ਰਹੇ 5-7 ਮਿੰਟ, ਉਸ ਤੋਂ ਬਾਅਦ ਲੈ ਕੇ ਨਿਕਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਅਤੇ ਜਦ ਮੈਂ ਕੋਸ਼ਿਸ਼ ਕੀਤੀ ਝਪੱਟਾ ਮਾਰਨ ਦੀ, ਉਹਨਾਂ ਪਿਸਤੌਲ ਮਤਲਬ ਕੱਢ ਲਿਆ, ਮੈਂ ਹੱਥ ਮਾਰਿਆ ਜ਼ੋਰ ਦੀ, ਪਿਸਤੌਲ 'ਚ ਗੋਲੀ ਨਿਕਲ ਥੱਲੇ ਡਿੱਗੀ ਅਤੇ ਫਿਰ ਉਹਨਾਂ ਨੇ ਮੇਰੇ 'ਤੇ ਬੇਟ ਨਾਲ ਵਾਰ ਕੀਤਾ, ਮੇਰੇ ਮੋਢੇ 'ਤੇ, ਮੇਰੇ ਮੂੰਹ 'ਤੇ, ਮੇਰੇ ਦੰਦ ਟੁੱਟ ਗਏ ਇੱਕ, ਅਤੇ ਫਿਰ ਉਹ ਝਪੱਟੇਬਾਜ਼ੀ ਕਰਦੇ ਹੋਏ ਲੈ ਕੇ ਨਿਕਲ ਗਏ ਨੇ। ਮੈਂ ਪਿੱਛੇ ਦੌੜਦਾ ਗਿਆ ਪਰ ਇੱਕ ਬੰਦੇ ਮੋਟਰਸਾਈਕਲ ਚਾਰ ਮਤਲਬ ਕਰ ਲਿਆ ਹੋਣਾ, ਉਹ ਧੱਕਾ ਵੀ ਫੜਿਆ ਵੀ ਮੈਂ, ਫਿਰ ਉੱਥੇ ਪਿਸਤੌਲ ਕਰਨ ਲੱਗੇ, ਫਿਰ ਉਹ ਕਰਦੇ ਕਰਦੇ ਨਿਕਲ ਗਏ ਨੇ। ਮੈਂ ਇਕੱਲਾ ਹੀ ਸੀਗਾ, ਇਕੱਲਾ ਹੀ ਸੀ ਮੈਂ, ਹਾਂ ਕੋਈ ਉਹਨਾਂ ਨੂੰ ਸੀਗੇ, ਦੋ ਅੰਦਰ ਸੀ ਇੱਕ ਬਾਹਰ ਸੀਗੇ, ਤਿੰਨ ਸੀਗੇ। ਹਾਂਜੀ ਹਾਂਜੀ, ਇਸ ਵਾਕਏ ਦੀ ਸਾਰੀ ਜਿਹੜੀ CCTV ਕੈਦ ਹੈ, ਹਾਂਜੀ ਜੀ ਦੇਖਦੇ ਹਾਂ ਜੇ ਨਿਕਲੇਗੀ ਫਿਰ ਪਤਾ ਲੱਗੇਗਾ। ਹਾਂਜੀ, ਤੇ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਵੱਲੋਂ, ਕਿਉਂਕਿ ਆਏ ਦਿਨ ਜਿਹੜਾ ਪ੍ਰਸ਼ਾਸਨ ਵੱਲੋਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਬਿਲਕੁਲ ਸੇਫ ਨਹੀਂ ਹੈਗੇ ਹਾਂ, ਅਤੇ ਹਮੇਸ਼ਾ ਇਹ ਚਾਹੇ ਕਿ ਹਰ ਬਾਜ਼ਾਰ ਦੇ ਵਿੱਚ ਕੋਈ ਨਾ ਕੋਈ ਡਿਊਟੀ ਹੋਣੀ ਜ਼ਰੂਰੀ ਹੈ ਪੁਲਿਸ ਦੀ, ਫੇਰਾ ਤੁਰਾ ਰੱਖਣ ਤਾਂ ਕਿ ਅਗਲੇ ਨੂੰ ਮਹਿਸੂਸ ਹੋਵੇ ਵੀ ਹਾਂਜੀ ਚਲੋ ਜੀ ਇੱਧਰ ਬੰਦੇ ਕੋਈ ਪੁਲਿਸ ਮੁਲਾਜ਼ਮ ਘੁੰਮ ਰਿਹਾ ਅਤੇ ਉੱਥੇ ਨਾ, ਇਸ ਅਸੀਂ ਚਾਹੁੰਦੇ ਹਾਂ। ਚਲੋ ਮੇਰੀ ਜਾਨ ਬਚੀ ਹੈ ਬੜੀ ਮੁਸ਼ਕਲ ਦੇ ਨਾਲ, ਵੱਡਾ ਨੁਕਸਾਨ ਹੋ ਸਕਦਾ ਸੀਗਾ ਜੀ, ਕੀ ਲੱਗਦਾ ਕਿ ਵੱਡਾ ਨੁਕਸਾਨ ਹੋ ਸਕਦਾ ਜੀ ਤੁਹਾਡੇ ਤੇ? ਬਹੁਤ ਵੱਡਾ ਹੋ ਸਕਦਾ ਜੀ, ਮੇਰੇ ਜਾਨ ਤੋਂ ਵੀ ਖਤਰਾ ਸੀ, ਮੇਰੇ ਜਾਨ ਤੇ ਹਮਲਾ ਕੀਤਾ, ਦੋ ਦੋ ਪਿਸਤੌਲਾਂ ਸੀ ਉਹਨਾਂ ਕੋਲ, ਜੇ ਪਿਸਤੌਲ ਨਾ ਖੋਲਦੀ ਮੌਕੇ ਤੇ ਤੇ ਹੋ ਸਕਦਾ ਹੈ। ਹਾਂਜੀ, ਜਿਵੇਂ ਉਹਨਾਂ ਦੀ ਜਿਹੜਾ ਰੌਂਦ ਗਿਰ ਗਿਆ, ਹਾਂਜੀ ਹਾਂਜੀ, ਹੋ ਸਕਦਾ ਵੀ ਤੁਹਾਡੇ, ਹਾਂ ਮੇਰੇ ਤੇ ਫਾਇਰ ਵੀ ਹੋ ਸਕਦਾ ਸੀਗਾ, ਉਹ ਤਾਂ ਮੈਂ ਕੋਸ਼ਿਸ਼ ਕੀਤੀ ਆਪਣੀ ਮਾਰਨ ਦੀ ਤੇ ਡੰਡਿਆ ਮਾਰਿਆ ਤੇ ਪਿਸਤੌਲ ਖੁੱਲ ਗਿਆ, ਰੌਂਦ ਥੱਲੇ ਡਿੱਗ ਪਿਆ, ਇਸ ਅਗਲੇ ਨੇ ਮੇਰੇ ਤੇ ਫਾਇਰ ਕਰ ਦਿੱਤਾ ਸੀਗਾ। ਹਾਂਜੀ, ਪ੍ਰਸ਼ਾਸਨ ਨੂੰ ਇਹੀ ਕਹਿੰਦੇ ਕਿ ਆਪਣਾ ਸਾਨੂੰ ਸੇਫਟੀ ਦੇਣ, ਇੱਧਰੋਂ ਮਤਲਬ ਕ੍ਰਾਈਮ ਘਟੇ ਹੁੰਦਾ, ਕ੍ਰਾਈਮ ਦਾ ਮਤਲਬ ਬਹੁਤ ਜ਼ਿਆਦਾ ਵੱਧ ਚੁੱਕਿਆ ਹੈਗਾ, ਬਹੁਤ ਜ਼ਿਆਦਾ ਹੋ ਗਿਆ। ਜਿਵੇਲਰੀ ਦੁਕਾਨ ਹੈ, ਕੋਈ ਸਕਿਉਰਟੀ ਗਾਰਡ ਵਗੈਰਾ ਰੱਖਿਆ ਤੁਸੀਂ ਇੱਧਰ? ਦੇਖੋ ਛੋਟੀ ਦੁਕਾਨ ਹੈ, ਅਸੀਂ ਛੋਟੇ ਕਿਸੇ ਸਕਿਉਰਟੀ ਗਾਰਡ, ਛੋਟੇ ਬੰਦੇ ਕਿ ਸਕਿਉਰਟੀ ਗਾਰਡ ਕਰ ਲੈਣਗੇ, ਛੋਟੀ ਦੁਕਾਨ, ਸਾਡੇ ਇੱਕ ਮੁੰਦੀ ਸੀ ਚੌਦਾ ਉਹ ਵੀ ਚਲੀ ਗਈ ਹੈ। ਨਾਮ ਕੀ ਤੁਹਾਡਾ? ਮੁੰਨਾ ਪ੍ਰਸ਼ਾਦ ਜੀ। ਦੀਪਕ ਜੀ, ਅੱਜ ਇੱਥੇ ਵਿਸ਼ਕਰਮਾ ਮਾਰਕੀਟ ਦੇ ਵਿੱਚ ਇੱਕ ਲੁੱਟ ਹੋਈ ਹੈ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਭਾਅ ਜੀ ਗੱਲ ਇੱਦਾਂ ਦੀ ਹੈ,
ਇਸ ਮਾਰਕੀਟ 'ਚ ਮੇਰੀ ਜੰਮਪਲ ਇੱਥੇ ਦੀ ਹੈ, ਇਸ ਮੁਹੱਲੇ ਦੀ ਜੰਮਪਲ ਹੈ। ਇਹ ਸਾਰੇ ਮਾਰਕੀਟ ਵਾਲੇ ਇਹ ਚੀਜ਼ ਤੋਂ ਕਨਫਿਊਜ਼ ਨੇ ਕਿ ਇਤਿਹਾਸ 'ਚ ਪਹਿਲੀ ਵਾਰ ਹੋਇਆ। ਮਤਲਬ ਕਿ ਅੱਜ ਤੱਕ ਕਦੀ ਇੱਦਾਂ ਦਾ ਨਹੀਂ ਹੋਇਆ ਕਿ ਗੋਲੀ ਚੱਲਣ ਤੱਕ ਦੀ ਗੱਲਬਾਤ ਆਈ ਹੋਵੇ। ਚੋਰੀਆਂ ਚਕਾਰੀਆਂ ਛੋਟੀਆਂ ਮੋਟੀਆਂ ਤਾਂ ਚੱਲਦੀਆਂ, ਲੇਕਿਨ ਜਿਵੇਂ ਬੰਦਾ ਕਸਟਮਰ ਹਜੇ ਸ਼ਟਰ ਦੁਕਾਨ ਦਾ ਉਹਨੇ ਖੋਲ੍ਹਿਆ ਹੀ ਹੈ ਅਤੇ ਗਾਹਕ ਬਣ ਕੇ ਆਏ, ਗਾਹਕ ਹੈ, ਚੋਰ ਹੈ, ਕੀ ਹੈ ਤਾਂ ਰੱਬ ਜਾਣਦਾ ਸੀ ਕੀ ਸੀਗੇ। ਲੇਕਿਨ ਦੁਕਾਨਦਾਰ ਜਿਵੇਂ ਗੱਲਾਂ ਦੱਸ ਰਿਹਾ ਸੀਗਾ ਮੈਨੂੰ, ਉਹ ਕਹਿੰਦਾ ਕਿ ਮੈਨੂੰ ਲੱਗ ਰਿਹਾ ਸੀ ਇਹਨਾਂ ਨੇ ਸਮਾਨ ਨਹੀਂ ਲੈਣਾ, ਕਿ ਮੈਂ ਇਹਨਾਂ ਨੂੰ ਤੋਰਨ ਦੀ ਗੱਲ ਕਰ ਰਹੀ, ਉਹ ਤੋਰਨ ਦੇ ਚੱਕਰ 'ਚ ਉਹਨਾਂ ਦੀ ਅੰਗੂਠੀ ਉਹਨਾਂ ਦੇ ਹੱਥ 'ਚ ਆ ਗਈ। ਇਹ ਦੌਰਾਨ ਕੋਈ ਉਹਨਾਂ ਕੋਲ ਕੋਈ ਵੈਪਨ ਵੀ ਸੀਗਾ ਜਿਹਦੇ ਕਰਕੇ ਕਹਿੰਦੇ ਗੋਲੀ ਚਲਾਉਣ? ਹਾਂਜੀ, ਉਹ ਨਾਲ ਦਾ ਮੁੰਡਾ ਜਿਹੜਾ ਕਹਿ ਰਿਹਾ ਕਿ ਉਹਦੇ ਕੋਲ ਦੇਸੀ ਕੱਟਾ ਸੀਗਾ, ਜਿਹਦੀ ਨੋਜ਼ਲ ਬਾਹਰ ਨੂੰ ਹੁੰਦੀ ਜਿਵੇਂ ਦੇਸੀ ਕੱਟਾ ਹੀ ਕਿਹਾ ਜਾਂਦਾ, ਅਤੇ ਉਹਦੀ ਮਤਲਬ ਕਿ ਇੱਕ ਰੋਂਦ ਵੀ ਅੰਦਰ ਡਿੱਗਿਆ ਦੁਕਾਨ ਦੇ ਅੰਦਰ, ਉਹ ਵੀ ਤੁਸੀਂ ਦੇਖਿਆ ਵਾ, ਉਹ ਰੋਂਦ ਅੰਦਰ ਡਿੱਗ ਗਿਆ। ਉਹ ਮਤਲਬ ਕਿ ਸ਼ੁਕਰ ਪਰਮਾਤਮਾ ਦਾ ਸ਼ੁਕਰ ਹੈ ਕਿ ਘਰ ਦੇ ਵਿੱਚ ਉਹਨਾਂ ਦੇ ਸਾਰੇ ਘਰ ਦਾ ਖਰਚਾ ਚੱਲਦਾ ਹੈ, ਕਿ ਨਹੀਂ ਚੱਲਿਆ, ਉਹਨਾਂ ਦੀ ਜਾਨੀ ਮਾਨੀ ਕੋਈ ਨੁਕਸਾਨ ਨਹੀਂ ਹੋਇਆ। ਮਨੀ ਵੀਰੇ, ਇੱਥੇ ਸੁਨਹਿਰੇ ਨਾਲ ਡਾਕਾ ਪਿਆ ਜੀ ਇੱਥੇ, ਅਤੇ ਉਹ ਲੁੱਟ ਕਰਨ ਆਏ ਸੀਗੇ ਮੁੰਡੇ ਤਿੰਨ, ਅਤੇ ਦੋ ਅੰਦਰ ਸੀਗੇ ਇੱਕ ਬਾਹਰ ਸੀਗਾ, ਅਤੇ ਅੰਦਰ ਲੁੱਟ ਕਰਦੇ ਪਏ ਸੀਗੇ, ਅਤੇ ਮੈਨੂੰ ਪਤਾ ਲੱਗਿਆ ਕਿ ਹਾਂ ਅੰਦਰ ਰੌਲਾ ਪੈ ਰਿਹਾ, ਅਤੇ ਜਦ ਮੈਂ ਕਿਹਾ ਗੇਟ ਬੰਦ ਕਰ ਦਿੰਦਾ, ਗੇਟ ਬੰਦ ਕਰਕੇ ਮੈਂ ਕਿਹਾ ਅੰਦਰ ਹੀ ਡੱਕ ਦੂੰਗਾ। ਜਦ ਮੈਂ ਗੇਟ ਬੰਦ ਕੀਤਾ, ਇਹ ਤੀਸਰੇ ਬੰਦੇ ਨੇ ਆ ਕੇ ਮੇਰੇ ਮੱਥੇ 'ਤੇ ਰਿਵੋਲਵਰ ਰੱਖ ਕੇ ਕਹਿੰਦਾ ਤੈਨੂੰ ਮਾਰ ਕੇ ਸੁੱਟ ਦੂੰਗਾ, ਇੱਥੇ ਸਾਈਡ ਹੋ ਜਾ ਤੂੰ, ਅਤੇ ਮੈਨੂੰ ਸਾਈਡ 'ਤੇ ਲੈ ਗਿਆ ਉਹ, ਅਤੇ ਉੱਧਰ ਅਚਾਨਕ ਹੀ ਦੋਨੋਂ ਬਾਹਰ ਨਿਕਲੇ, ਅਤੇ ਉਹ ਤਿੰਨੋਂ ਜਣੇ ਭੱਜ ਗਏ ਫਿਰ। ਤੁਹਾਡੀ ਦੁਕਾਨ ਨਾਲ ਦੀ ਦੁਕਾਨ? ਹਾਂ, ਨਾਲ ਦੀ ਦੁਕਾਨ ਹੈਗੀ ਆ ਜੀ। ਅੱਛਾ, ਅਤੇ ਜਦੋਂ ਇੱਥੋਂ ਦੀ ਭੱਜੇ ਅਤੇ ਉਹਨਾਂ ਕੋਲ ਕੀ ਬਾਈਕ ਵਗੈਰਾ ਕੀ ਸੀਗਾ? ਪਲਟੀਨਾ ਸੀਗਾ ਜੀ, ਇੱਕ ਮੋਟਰਸਾਈਕਲ ਸੀਗਾ, ਦੋ ਅਸਲੇ ਸੀਗੇ। ਅੱਛਾ, ਦੋ ਅਸਲੇ ਸੀਗੇ ਉਹਨਾਂ ਕੋਲ? ਇੱਕ ਅੰਦਰ ਅਸਲਾ ਅੰਕਲ 'ਤੇ ਲਾਇਆ ਸੀਗਾ, ਇੱਕ ਮੇਰੇ 'ਤੇ ਲਾਇਆ ਸੀ। ਅੱਛਾ, ਅਤੇ ਹੁਣ ਕੀ ਕੀ ਲੈ ਗਏ ਲੋਕ ਇੱਥੋਂ? ਮੁੰਦਰੀ ਲੈ ਗਿਆ ਕਹਿੰਦੇ ਆ ਸੋਨੇ ਦੀ। ਮੋਤੀ ਨਗਰ ਦੀ ਥਾਣਾ, ਮੋਤੀ ਨਗਰ ਦੀ ਨਿਊ ਵਿਸ਼ਕਰਮਾ ਮਾਰਕੀਟ ਦੇ ਵਿੱਚ ਇੱਕ ਜੂਲਰ ਨਾਲ ਲੁੱਟ ਹੋਈ ਹੈ, ਉਹਦੇ ਬਾਰੇ ਥੋੜ੍ਹਾ ਜਿਹਾ? ਥੋੜ੍ਹੀ ਦੇਰ ਪਹਿਲਾਂ ਇਤਲਾਹ ਮਿਲੀ ਸੀ, ਮੁੰਨਾ ਜੂਲਰਸ ਹੈ, ਉਹਨੇ ਆ ਕੇ ਜਦ ਆਪਣੀ ਦੁਕਾਨ ਖੋਲ੍ਹੀ, ਸ਼ਟਰ ਖੋਲ੍ਹਿਆ, ਤੋ ਦੋ ਜਣੇ ਦੁਕਾਨ 'ਤੇ ਅੰਦਰ ਆਏ ਨੇ, ਜਿਹੜਾ ਇੱਕ ਬੰਦਾ ਬਾਹਰ ਖੜ ਗਿਆ ਸੀਗਾ, ਅਤੇ ਉਹ ਸੋਨੇ ਦੀ ਛਾਪ ਲੈਣਾ ਚਾਹੁੰਦੇ ਸੀ, ਉਸੇ ਤਰ੍ਹਾਂ ਜਦ ਪਸੰਦ ਕਰਦੇ ਰਹੇ, ਤੋਂ ਇੱਕ ਛਾਪ ਲੈ ਕੇ ਭੱਜਣ ਲੱਗੇ, ਇਸ ਕਰਕੇ ਦੁਕਾਨਦਾਰ ਨੇ ਹੱਥੋਂ ਪਾਈ ਹੋਈ ਆ, ਤੋ ਉਸ ਤੋਂ ਬਾਅਦ ਉਹ ਲੈ ਕੇ ਇੱਕ ਛਾਪ ਜਿਹੜੀ ਕਰੀਬ 2 ਗ੍ਰਾਮ ਵੇਟ ਹੈ ਉਹ ਲੈ ਕੇ ਗਏ ਆ ਇੱਥੋਂ ਹੋ ਕਰਕੇ। ਉਹ ਬਾਕੀ ਮੌਕੇ 'ਤੇ ਕੋਈ ਫਾਇਰ ਜਾਂ ਇੰਜਰੀ ਬਾਰੇ ਅਜੇ ਤੱਕ ਨਹੀਂ ਪਤਾ ਲੱਗਿਆ, ਬਾਕੀ ਅਸੀਂ ਜਲਦੀ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ। ਟੋਟਲ ਕਿੰਨੇ ਸੀ? ਟੋਟਲ 3 ਬੰਦੇ ਦੱਸਿਆ ਉਹਨਾਂ ਨੇ। ਅਤੇ ਕੋਈ ਯਾਨੀ ਕਿ ਹੋਰ ਕੋਈ ਕੋਈ ਸੱਟ ਵਗੈਰਾ ਕੋਈ ਲੱਗੀ ਹੋਈ ਦੁਕਾਨ ਨਾਲ? ਨਹੀਂ, ਹੱਥ ਪਾਈ ਉਹਦੇ ਨਾਲ ਹੋਏ ਨੇ, ਜਦੋਂ ਲੈ ਕੇ ਖੋਹ ਕੇ ਭੱਜਣ ਲੱਗਿਆ ਸੀ, ਕੋਈ ਸੱਟ ਕੋਈ ਇੰਜਰੀ ਇਹੋ ਜਿਹੀ ਨਹੀਂ ਹੈਗੀ। ਕਿਹੜੀ ਜਗ੍ਹਾ ਦਾ ਮਾਮਲਾ ਹੈਗਾ? ਇਹ ਲੇਬਰ ਕਲੋਨੀ ਪੈਂਦੀ ਹੈ, ਮੁੰਨਾ ਜਵੈਲਰਸ, ਮੋਤੀ ਨਗਰ ਥਾਣੇ ਦੇ ਅੰਡਰ ਪੈਂਦਾ ਜੀ।